ਵਿਸ਼ਵ ਸਿਹਤ ਸੰਗਠਨ ਯਾਨੀ WHO ਨੇ ਕਿਹਾ ਹੈ ਕਿ ਉਸਨੇ ਬਾਲਗਾਂ ਚਮੰਕੀ ਪੌਕਸ ਦੇ ਇਲਾਜ ਵਾਸਤੇ ਟੀਕੇ ਦੀ ਵਰਤੋਂ ਲਈ ਪਹਿਲੀ ਮਨਜ਼ੂਰੀ ਦੇ ਦਿੱਤੀ ਹੈ ਟੀਕੇ ਦੀ ਮਨਜ਼ੂਰੀ ਦੇਣ ਦਾ ਮਤਲਬ ਹੈ ਕਿ GAVI ਵੈਕਸਿਨ ਅਲਾਈਅንስ ਅਤੇ UNICEF ਵਰਗੇ ਦਾਨੀ ਇਸ ਨੂੰ ਖਰੀਦ ਸਕਦੇ ਨੇ ਹਾਲ ਦੀ ਖੜੀ ਇਸ ਟੀਕੇ ਦੀ ਸਪਲਾਈ ਸੀਮਿਤ ਰਹੇਗੀ ਕਿਉਂਕਿ ਜੋ ਸਪਲਾਇਰ ਸਿਰਫ ਇੱਕ ਹੀ ਹੈ WHO ਦੇ ਡਾਇਰੈਕਟਰ ਜਨਰਲ ਟੈਡਰੋਸ ਅਦਾਨੇਮ ਗੈਬਰਸਸ ਨੇ ਕਿਹਾ ਹੈ ਕਿ ਮੰਕੀ ਪੌਕਸ ਦੇ ਇਲਾਜ ਲੇਟੀਕੇ ਨੂੰ ਮਨਜ਼ੂਰੀ ਮਿਲਣਾ ਅਫਰੀਕਾ ਅਤੇ ਹੋਰ ਥਾਵਾਂ ਤੇ ਇਸ ਬਿਮਾਰੀ ਖਿਲਾਫ ਲੜਾਈ ਦਾ ਇੱਕ ਅਹਿਮ ਕਦਮ ਹੈ